ਨੀਨਾ ਬੁੰਦੇਲ ਵੱਲੋਂ ਇਮੇਜ ਸਟਾਰ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਲੋਹੜੀ ਦੀ ਬਹੁਤ ਬਹੁਤ ਐਡਵਾਂਸ 'ਚ ਹੀ ਮੁਬਾਰਕਾਂ। ਬਾਕੀ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਇੱਕ ਨਵੀਂ ਕੰਪਨੀ ਲਾਂਚ ਕੀਤੀ ਹੈ, ਕੁਐਸਟ ਰੋਮਪਲੇ ਫਿਲਮਸ ਐਂਡ ਮਿਊਜ਼ਿਕ, ਬਾਕੀ ਅੱਗੇ ਦੇਖਾਂਗੇ। ਸੋ ਮੈਂ ਅੱਜ ਮਿਊਜ਼ਿਕ ਲਾਂਚ ਕੀਤਾ, ਅੱਜ ਮੇਰਾ ਪਹਿਲਾ ਗਾਣਾ ਮਤਲਬ ਰਿਲੀਜ਼ ਹੋ ਰਿਹਾ ਗੁਰਲੇਜ਼ ਅਖਤਰ ਦਾ ਮੇਰੇ ਉਹਦੇ 'ਤੇ ਮਿਊਜ਼ਿਕ ਕੰਪਨੀ ਵੱਲੋਂ। ਸੋ ਅਸੀਂ ਇਹ ਮਿਊਜ਼ਿਕ ਕੰਪਨੀ ਤਾਂ ਕਰਕੇ ਖੋਲ੍ਹੀ ਆ ਕਿ ਰੋ ਟੈਲੈਂਟ ਨੂੰ ਨਿਖਾਰਿਆ ਜਾ ਸਕੇ, ਉਹਨਾਂ ਨੂੰ ਇੱਕ ਪਲੈਟਫਾਰਮ ਮਿਲ ਸਕੇ, ਔਰ ਅਸੀਂ ਵਰਕਸ਼ਾਪ ਲਾਵਾਂਗੇ। ਵਰਕਸ਼ਾਪ ਲਾ ਕੇ ਉਹਨਾਂ ਨੂੰ ਸੁਖਪਾਲ ਸੁੱਖ ਜੀ ਉਹਨਾਂ ਨੂੰ ਟ੍ਰੇਨ ਕਰਨਗੇ, ਔਰ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਵੀਡੀਓ ਔਰ ਆਡੀਓ ਅਸੀਂ ਕਰਵਾਵਾਂਗੇ ਉਹਨਾਂ ਨੂੰ ਇੱਕ ਪਲੈਟਫਾਰਮ ਦੇ ਕੇ, ਤਾਂ ਜੋ ਉਹਨਾਂ ਦੀ ਇੱਕ ਅੱਛੀ ਪ੍ਰੋਫਾਈਲ ਬਣ ਜਾਵੇ ਔਰ ਉਹ ਬਾਲੀਵੁੱਡ ਦਾ ਰਸਤਾ ਚੁਣ ਸਕਣ।